ਜੀਤ ਕੋ ਟੀਵੀ YouTube ਦੇਖਣ ਵਾਲਿਆਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਥੈਂਕ ਯੂ ਸੋ ਵੈਰੀ ਮੱਚ ਫॉर ਵਾਚਿੰਗ ਜੀਤ ਕੋ ਟੀਵੀ YouTube ਤੁਹਾਡੇ ਪ੍ਰੀਸ਼ੀਅਸ ਟਾਈਮ ਐਂਡ ਕਮੈਂਟਸ ਲਈ ਥੈਂਕ ਯੂ ਸੋ ਵੈਰੀ ਮੱਚ ਅੱਜ ਜਿਹੜੀ ਮੈਂ ਵੀਡੀਓ ਬਣਾ ਰਹੀ ਹਾਂ ਸਪੈਸ਼ਲੀ ਉਹ ਲੋਕਾਂ ਲਈ ਵੀਡੀਓ ਹੈ ਜਿਨ੍ਹਾਂ ਦੀਆਂ ਫੇਕ ਆਈਡੀਆਂ ਨੇ ਔਰ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੈ ਫੇਕ ਆਈਡੀਆਂ ਤੇ ਆ ਕੇ ਜਨਾਨੀਆਂ ਨਾਲ ਪੰਗੇ ਲੈਣ ਤੋਂ ਵੀ ਉਹ ਸ਼ਰਮ ਨਹੀਂ ਕਰਦੇ ਤਾਂ ਅੱਜ ਡੈਡੀਕੇਟਿਡ ਹੈ ਮੇਰੀ ਇਹ ਵੀਡੀਓ ਉਹਨਾਂ ਸਾਰੇ ਲੋਕਾਂ ਨੂੰ ਜੋ ਫੇਕ ਆਈਡਿਜ਼ ਬਣਾਉਂਦੇ ਨੇ ਔਰ ਇੱਕ ਗਲਬਾਤ ਦੇ ਦੌਰਾਨ ਜਦੋਂ ਮੇਰੀ ਕਿਸੇ ਨਾਲ ਗੱਲ ਹੋਈ ਸੀ ਕਿ ਫੇਕ ਆਈਡੀਆਂ ਜਿਨ੍ਹਾਂ ਦੇ ਨਾਮ ਤੋਂ ਸੀਗੀਆਂ ਤਾਂ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਸੀਗਾ ਕਿ ਹੁਣ ਉਹ ਆਈਡੀਆਂ ਤੋਂ ਤੁਹਾਨੂੰ ਮੈਸੇਜ ਨਹੀਂ ਆਣਗੇ ਬਟ ਸਟਿਲ ਹਲੇ ਤੱਕ ਵੀ ਕੁਝ ਲੋਕਾਂ ਨੂੰ ਸ਼ਰਮ ਨਹੀਂ ਆਈ ਕਿ ਅਸੀਂ ਜਨਾਨੀਆਂ ਨਾਲ ਕਿੱਦਾਂ ਗੱਲ ਕਰਨੀ ਹੈ ਔਰ ਫਿਰ ਆਪਣੇ ਆਪ ਨੂੰ ਬਹੁਤ ਹੀ ਵੱਡੇ ਕੌਮ ਦੇ ਹੀਰੇ ਸਮਝਦੇ ਨੇ ਅੱਜ ਦੀ ਜਿਹੜੀ ਵੀਡੀਓ ਹੈ ਮੈਂ ਅੱਜ ਤੋਂ ਸਟਾਰਟ ਕਰ ਰਹੀ ਹਾਂ ਜਿਹੜੇ ਵੀ ਫੇਕ ਆਈਡੀਆਂ ਹੋਣਗੇ ਬਕਵਾਸ ਕਰਨਗੇ ਉਹਨਾਂ ਤੇ ਇੱਕ ਸਪੈਸ਼ਲ ਵੀਡੀਓ ਬਣਾ ਕੇ ਉਹਨਾਂ ਨੂੰ ਡੈਡੀਕੇਟ ਕਰਾਂਗੀ ਤਾਂ ਕਿ ਉਹ ਆਪਣੇ ਆਪ ਨੂੰ ਪ੍ਰੋਪਰ ਸਮਝ ਸਕਣ ਕਿ ਉਹ ਕਰਦੇ ਕੀ ਨੇ ਕਮਿਊਨਿਟੀ ਗਾਇਡਲਾਈਨਸ ਨੂੰ ਫੋਲੋ ਕਰਨਾ ਰੂਲਸ ਐਂਡ ਰੈਗੂਲੇਸ਼ਨ ਨੂੰ ਐਂਡ ਲਾ ਨੂੰ ਫੋਲੋ ਕਰਨਾ ਜਿਨ੍ਹਾਂ ਦਾ ਕੋਈ ਮਕਸਦ ਨਹੀਂ ਹੈ ਕਿਉਂਕਿ ਉਹ ਫੇਕ ਲੋਗ ਨੇ ਫੇਕ ਨਾਮ ਤੋਂ ਨੇ ਤਾਂ ਅਸੀਂ ਉਹਨਾਂ ਤੋਂ ਇਹ ਨਾ ਸੋਚੋ ਕਿ ਮੈਂ ਤੁਹਾਡੇ ਕੋਲੋਂ ਡਰ ਗਈ ਹਾਂ ਬਟ ਇੱਕ ਮੇਰਾ ਇਹ ਫਨ ਟਾਈਮ ਹੈ ਸਮਝੋ ਤੁਸੀਂ ਕਿਉਂਕਿ ਮੈਂ ਚਾਹਨੀ ਹੈ ਕਿ ਤੁਸੀਂ ਇੰਨਾ ਇੰਜੋਏ ਕਰੋ ਟੋਟਲੀ ਮੇਰਾ ਟਾਈਮ ਡੈਡੀਕੇਟਡ ਤੁਹਾਨੂੰ ਹੈ ਤਾਂ ਤੁਸੀਂ ਲਿਖਿਆ ਹੈ ਮੇਰੀ ਵੀਡੀਓ ਦੇ ਥੱਲੇ ਜਿਹਦੇ ਵਿੱਚ ਮੈਂ ਬਹੁਤ ਹੀ ਸੈਂਸਿਟਿਵ ਗੱਲ ਕੀਤੀ ਹੈ ਤਾਂ ਤੁਸੀਂ ਕੌਮ ਦੇ ਹੀਰੇ ਜੋ ਕਿ ਆਪਣਾ ਨਾਮ ਲਿਖਿਆ ਹੈ ਤੁਹਾਨੂੰ ਇੰਨੀ ਸ਼ਰਮ ਵੀ ਨਹੀਂ ਆਈ ਕਿ ਤੁਸੀਂ ਸਾਰੀ ਕੌਮ ਨੂੰ ਪ੍ਰੈਜੈਂਟ ਕਰ ਰਹੇ ਹੋ ਜਦੋਂ ਅਸੀਂ ਕਿਸੇ ਕੰਟਰੀ 'ਚ ਜਾਂ ਕਿਸੇ ਸਟੇਟ 'ਚ ਜਾਂ ਆਪਣੀ ਸਟੇਟ ਤੋਂ ਬਾਹਰ ਜਾਂਦੇ ਆਂ ਔਰ ਅਸੀਂ ਆਪਣੇ ਪਹਿਰਾਵੇ ਤੋਂ ਔਰ ਆਪਣੀ ਚੀਜ਼ ਤੋਂ ਆਪਣੇ ਸੱਭਿਆਚਾਰ ਨੂੰ ਆਪਣੇ ਦੇਸ਼ ਨੂੰ ਆਪਣੇ ਕਲਚਰ ਨੂੰ ਆਪਣੇ ਵਿਰਸੇ ਨੂੰ ਪ੍ਰੈਜ਼ੈਂਟ ਕਰਦੇ ਆਂ ਤਾਂ ਤੁਸੀਂ ਕਿਸ ਨਾਮ ਤੋਂ ਕੀ ਨੂੰ ਪ੍ਰੈਜ਼ੈਂਟ ਕਰ ਰਹੇ ਹੋ ਕਿ ਨਾਨ ਪੰਜਾਬੀ ਬੰਦਾ ਸਿਰਫ ਇਹ ਸੋਚੇ ਕਿ ਜਿਹੜੇ ਕੌਮ ਦੇ ਹੀਰੇ ਨੇ ਉਹ ਤੁਹਾਡੇ ਵਰਗੇ ਹੁੰਦੇ ਨੇ ਤੁਸੀਂ ਠੇਕਾ ਲਿਆ ਹੋਇਆ ਹੈ ਲੋਕਾਂ ਨੂੰ ਸੁਧਾਰਨ ਦਾ ਤਾਂ ਪਹਿਲਾਂ ਆਪਣੇ ਆਪ ਦਾ ਸੁਧਾਰ ਕਰ ਲੋ ਕਿਉਂਕਿ ਜਦੋਂ ਤੁਸੀਂ ਖੁਦ ਸੁਧਰ ਜਾਓਗੇ ਨਾ ਤਾਂ ਤੁਹਾਨੂੰ ਸਾਰੀ ਦੁਨੀਆ ਸੁਧਰੀ ਹੋਈ ਨਜ਼ਰ ਆਏਗੀ ਤਾਂ ਤੁਸੀਂ ਪਹਿਲਾਂ ਮੈਨੂੰ ਇਹ ਮੈਸੇਜ ਕੀਤਾ ਕਿ ਮੈਂ ਯਕੀਨ ਨਾਲ ਕਹਿ ਸਕਦਾ ਕਿ ਤੈਨੂੰ ਕੋਈ ਦਿਮਾਗੀ ਨੁਕਸ ਹੈ ਠੀਕ ਹੈ ਤਾਂ ਤੁਸੀਂ ਕੋਈ ਸਾਈਕੀਆਟ੍ਰਿਸਟ ਨਹੀਂ ਹੈਗੇ ਦਿਮਾਗ ਦੇ ਡਾਕਟਰ ਕਿਉਂਕਿ ਦਿਮਾਗ ਦੇ ਡਾਕਟਰਾਂ ਕੋਲ ਨਾ ਟਾਈਮ ਨਹੀਂ ਹੁੰਦਾ ਕਿ ਉਹ ਐਦਾਂ ਦੇ ਕਮੈਂਟ ਥੱਲੇ ਆ ਕੇ ਕਰਨ ਤਾਂ ਫਿਰ ਜਾਂ ਤਾਂ ਤੁਸੀਂ ਖੁਦ ਵੀ ਪਾਗਲ ਹੋ ਕਿਉਂਕਿ ਪਾਗਲਾਂ ਨੂੰ ਸਾਰੇ ਪਾਗਲ ਨਜ਼ਰ ਆਉਂਦੇ ਨੇ ਦੂਸਰਾ ਜਿਹੜਾ ਤੁਹਾਡਾ ਕੁਐਸਚਨ ਹੈਗਾ ਕਿ ਆਪਣਾ ਇਲਾਜ ਕਰਵਾ ਦਿਮਾਗ ਦਾ ਦੇਖੀ ਜੇ ਕੋਈ ਨੁਕਸਾਨਾ ਨਿਕਲਿਆ ਤਾਂ ਯੂ ਆਰ ਸ਼ੋਰ ਅਬਾਊਟ ਇਟ ਰਾਈਟ ਤਾਂ ਮੈਂ ਤੁਹਾਨੂੰ ਇੱਕ ਦੱਸਦੀ ਆ ਕਿ ਜਵਾਬ ਮੈਂ ਪਹਿਲੇ ਉੱਪਰ ਦਿੱਤਾ ਤੁਹਾਨੂੰ ਕਿ ਪਾਗਲਾਂ ਨੂੰ ਸਭ ਪਾਗਲ ਨਜ਼ਰ ਆਂਦੇ ਨੇ ਤੁਸੀਂ ਜਿਸ ਰੰਗ ਦਾ ਚਸ਼ਮਾ ਪਾਇਆ ਹੁੰਦਾ ਨਾ ਤੁਹਾਨੂੰ ਉਦਾਂ ਦਾ ਬਾਹਰ ਨਜ਼ਰ ਆਂਦਾ ਹੈ ਜੇ ਤੁਸੀਂ ਪਾਗਲਪੰਦਾ ਚਸ਼ਮਾ ਪਾ ਕੇ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਪਾਗਲ ਨਜ਼ਰ ਆਣਗੇ ਵੈਸੇ ਅਗਰ ਤੁਹਾਡਾ ਮਕਸਦ ਹੀ ਮੈਨੂੰ ਟਾਰਚਰ ਕਰਨਾ ਹੈ ਤਾਂ ਥੈਂਕ ਯੂ ਸੋ ਵੈਰੀ ਮੱਚ ਕਿਉਂਕਿ ਤੁਸੀਂ ਜਿਹੜਾ ਹੈ ਮੈਨੂੰ ਫਨ ਦਾ ਟਾਈਮ ਦੇ ਰਹੇ ਹੋ ਓਕੇ ਮੈਂ ਮਸਤੀ ਕਰ ਰਹੀ ਹਾਂ ਹੁਣ ਓਰ ਰਾਈਟ ਐਂਡ ਦੂਸਰਾ ਉਹਦੇ ਬਾਅਦ ਤੁਸੀਂ ਲਿਖਿਆ ਕਿ ਪਾਗਲਪੰਦਾ ਇਲਾਜ ਕਰਵਾ ਜਾ ਕੇ ਮੈਂ ਜੋ ਪਾਗਲ ਹਾਂ ਤਾਂ ਕੋਈ ਗੱਲ ਨਹੀਂ ਤੁਸੀਂ ਫਿਰ ਮੇਰ ਤੋਂ ਜ਼ਿਆਦਾ ਵੱਡੇ ਪਾਗਲ ਹੋ ਤੁਸੀਂ ਮੇਰੀ YouTube ਦੇ ਥੱਲੇ ਆ ਕੇ ਫੇਕ ਆਈਡੀ ਬਣਾ ਕੇ ਉਹ ਵੀ ਕੌਮ ਦੇ ਹੀਰੇ ਨਾਮ ਤੋਂ ਤੁਸੀਂ ਕੀ ਪ੍ਰੂਫ ਕਰ ਰਹੇ ਹੋ ਇੱਥੇ ਕਿ ਤੁਸੀਂ ਬਹੁਤ ਜ਼ਿਆਦਾ ਦਿਮਾਗ ਵਾਲੇ ਬੰਦੇ ਹੋ ਤੁਹਾਡੇ ਕੋਲ ਇੰਨਾ ਜ਼ਿਆਦਾ ਦਿਮਾਗ ਹੈ ਕਿ ਤੁਸੀਂ ਕਿਤੇ ਵੀ ਜਾ ਕੇ ਬਕਵਾਸ ਕਰਨਾ ਸ਼ੁਰੂ ਕਰ ਦੋਗੇ ਤਾਂ ਆਈਡੀ ਤੋਂ ਕੋਈ ਫਰਕ ਨਹੀਂ ਪੈਂਦਾ ਫਿਰ ਤੁਸੀਂ ਇਹ ਵੀ ਗੱਲ ਲਿਖੀ ਹੈ ਕਿ ਆਈਡੀ ਤੋਂ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਜਦੋਂ ਮੈਂ ਤੁਹਾਨੂੰ ਥੱਲੇ ਜਵਾਬ ਲਿਖਣੇ ਸ਼ੁਰੂ ਕੀਤੇ ਤਾਂ ਤੁਸੀਂ ਲੰਨਤਾਂ ਭੇਜਣੇ ਸ਼ੁਰੂ ਕਰ ਦਿੱਤੀਆਂ ਲੱਖ ਲਾਣ ਮੇਰੇ ਤੇ ਤੁਸੀਂ ਇਹ ਗੱਲ ਕਹੀ ਹੈ ਤਾਂ ਜਿਹਨੀਆਂ ਲਾਣ ਤਾਂ ਤੁਸੀਂ ਮੈਨੂੰ ਦਿੱਤੀਆਂ ਨਾ ਉਸ ਸਿਰਫ ਓਨੀਆਂ ਹੀ ਮੈਂ ਤੁਹਾਨੂੰ ਵਾਪਸ ਕਰ ਰਹੀਆਂ ਆਪਣੀਆਂ ਲਾਣ ਤਾਂ ਤੁਸੀਂ ਸਾਮਕੇ ਰੱਖੋ ਕਿਉਂਕਿ ਤੁਹਾਡੇ ਕੋਲ ਇਸ ਤੋਂ ਇਲਾਵਾ ਕੁਝ ਹੈ ਹੀ ਨਹੀਂ ਹੋਰ ਦੇਣ ਲਈ ਆਦਮੀ ਕੋਲ ਜੋ ਹੁੰਦਾ ਉਹੀ ਦਿੰਦਾ ਹੈ ਨਾ ਤੁਹਾਡੇ ਕੋਲ ਲਾਣ ਤਾਂ ਨਹੀਂ ਨਾ ਤੁਹਾਡਾ ਆਪਣਾ ਕੋਈ ਨਾਮ ਹੈ ਹੈ ਕੌਮ ਨੂੰ ਤੁਸੀਂ ਬਦਨਾਮ ਕਰ ਰਹੇ ਹੋ ਔਰ ਲਾਣ ਤਾਂ ਤੁਸੀਂ ਭੇਜ ਰਹੇ ਹੋ ਦੂਸਰਿਆਂ ਨੂੰ ਠੀਕ ਹੈ ਐਂਡ ਉਹਦੇ ਬਾਅਦ ਵਿੱਚ ਫਿਰ ਤੁਸੀਂ ਫਿਰ ਤੁਸੀਂ ਮੈਨੂੰ ਲਿਖਿਆ ਕਿ ਜੇ ਰੱਬ ਨੇ ਸ਼ਕਲ ਚੰਗੀ ਨਹੀਂ ਦਿੱਤੀ ਘਟੋ ਘਟ ਗੱਲ ਤਾਂ ਚੱਜ ਦੀ ਕਰ ਲਿਆ ਕਰ ਜੇ ਮੈਨੂੰ ਹੁਣ ਰੱਬ ਨੇ ਸ਼ਕਲ ਨਹੀਂ ਚੰਗੀ ਦਿੱਤੀ ਤਾਂ ਤੁਸੀਂ ਰੱਬ ਨਾਲ ਜਾ ਕੇ ਲੜੋ ਤਰੇ ਤੁਹਾਨੂੰ ਕਿਹੜੇ ਕੰਜਰ ਨੇ ਇਨਵੀਟੇਸ਼ਨ ਦਿੱਤਾ ਹੈ ਕਿ ਤੁਸੀਂ ਆ ਕੇ ਚੈਨਲ ਦੇਖੋ ਚੰਗੀਆਂ ਸ਼ਕਲਾਂ ਵਾਲੇ ਦੀ ਵੀ ਤੁਸੀਂ ਚੈਨਲ ਦੇਖਦੇ ਹੋ ਨਾ ਉੱਥੇ ਜਾ ਕੇ ਫਿਕਸ ਹੋ ਕੇ ਰਿਆ ਕਰੋ ਠੀਕ ਹੈ ਤੁਹਾਨੂੰ ਇੱਥੇ ਆ ਕੇ ਦੇਖਣ ਦੀ ਜ਼ਰੂਰਤ ਨਹੀਂ ਤੇ ਜੇ ਤੁਹਾਨੂੰ ਮੇਰੀ ਸ਼ਕਲ ਤੋਂ ਪ੍ਰੋਬਲਮ ਹੈ ਤਾਂ ਜਾ ਕੇ ਰੱਬ ਨਾਲ ਲੜੋ ਰਾਈਟ ਹੂੰ ਐਂਡ ਉਹਦੇ ਬਾਅਦ ਵਿੱਚ ਫਿਰ ਤੁਸੀਂ ਤੁਹਾਨੂੰ ਕੋਈ ਕੰਮ ਹੀ ਨਹੀਂ ਮੋਟੀ ਅਕਲ ਦੀ ਜਨਾਨੀ ਐ ਤੈਨੂੰ ਤੇਰੇ ਮਾਪਿਓ ਨੇ ਸਿਖਾਇਆ ਕਿ ਲੋਕਾਂ ਨਾਲ ਕਿੱਦਾਂ ਗੱਲ ਕਰਨੀ ਐ ਮੋਟੀ ਅਕਲ ਦੀ ਜਨਾਨੀ ਐ ਤਾਂ ਉਹ ਬੰਦਿਆ ਤੂੰ ਆਪਣੇ ਆਪ ਨੂੰ ਪਹਿਲੇ ਸ਼ਰਮ ਕਰ ਤੈਨੂੰ ਤੇਰੇ ਜਿਹੜੇ ਮਾਪਿਓ ਨੇ ਔਰ ਸਰਟੀਫਿਕੇਟ ਤੇ ਜਿਹੜਾ ਪੰਜ ਸੱਤ ਕਲਾਸਾਂ ਤੋਂ ਪੜਿਆ ਹੋਇਆ ਉਹਦੇ ਤੇ ਕੋਈ ਨਾਮ ਤਾਂ ਲਿਖਿਆ ਹੁੰਦਾ ਨਾ ਜੇ ਬੰਦੇ ਚ ਦਮ ਹੁੰਦਾ ਨਾ ਆਪਣੇ ਨਾਮ ਤੋਂ ਆ ਕੇ ਗੱਲ ਕਰਦਾ ਉਹ ਠੀਕ ਹੈ ਤਾਂ ਆਪਣੇ ਨਾਮ ਤੋਂ ਆ ਕੇ ਇਹ ਗੱਲ ਕਰਨੀ ਸੀ ਕਿਉਂ ਕੌਮ ਦਾ ਸਹਾਰਾ ਲੈ ਕੇ ਤੁਸੀਂ ਬਕਵਾਸ ਕਰਦੇ ਫਿਰਦੇ ਹੋ ਮੈਨੂੰ ਅਕਲ ਨਹੀਂ ਹੈਗੀ ਤਾਂ ਤੈਨੂੰ ਤਾਂ ਅਕਲ ਹੋਣੀ ਚਾਹੀਦੀ ਹੈ ਨਾ ਤੈਨੂੰ ਕਿੰਨੇ ਸੱਦਾ ਦਿੱਤਾ ਕਿ ਤੂੰ ਆ ਕੇ ਵੀਡੀਓ ਦੇਖ ਔਰ ਮੇਰੀ ਵੀਡੀਓ ਥੱਲੇ ਕਮੈਂਟ ਕਰ ਹੁਣ ਨਵੀਂ ਆਈਡੀ ਬਣਾ ਕੇ ਆਈਆਂ ਇੱਥੇ ਕਿਉਂਕਿ ਇਦਾਂ ਦੇ ਬਹੁਤ ਬੰਦੇ ਨੇ ਜਿਨ੍ਹਾਂ ਨੇ ਕਿਹਾ ਕਿ ਬਲੌਕ ਕਰਨ ਦੇ ਬਾਅਦ ਚ ਵੀ ਦੂਸਰੀ ਆਈਡੀ ਬਣਾ ਕੇ ਅਸੀਂ ਆ ਜਾਾਂਗੇ ਮੋਟੀ ਅਕਲ ਤੁਹਾਡੀ ਐ ਖੋਤਾ ਦਿਮਾਗ ਤੁਹਾਡਾ ਖੱਚਰਾ ਹੋ ਤੁਸੀਂ ਉਸ ਤੋਂ ਵੱਧ ਕੁਝ ਨਹੀਂ ਹੈਗੇ ਪੰਗਾ ਲੈ ਰਹੇ ਹੋ ਜਨਾਨੀ ਨਾਲ ਗੱਲ ਹੈ ਕੋਈ ਗੱਲਬਾਤ ਬਣਦੀ ਹੈ ਸ਼ਰਮ ਆਣੀ ਚਾਹੀਦੀ ਹੈ ਦੋਨੋਂ ਹੈਨਾ ਤਾਂ ਫਿਰ ਤੁਸੀਂ ਕਹਿੰਦੇ ਕਿ ਨਾਮ ਨਾਲ ਕੀ ਹੁੰਦਾ ਜੋ ਮਰਜ਼ੀ ਰੱਖ ਲਓ ਤੋ ਖੋਤਾ ਰੱਖੋ ਆਪਣਾ ਨਾਮ ਬਹੁਤ ਜ਼ਿਆਦਾ ਸੂਟ ਵੀ ਕਰੇਗਾ ਤੁਹਾਡੇ ਤੇ ਖੋਤਾ ਨਾਮ ਕੌਮ ਦੇ ਹੀਰੇ ਕਿਉਂ ਰੱਖਿਆ ਤੁਹਾਡੀ ਵਜ੍ਹਾ ਨਾਲ ਸਾਰੀ ਗੱਲ ਪੂਰੀ ਕੌਮ ਤੇ ਆਂਦੀ ਹੈ ਕਿਉਂ ਕੌਮ ਦਾ ਬੇੜਾ ਗਰਕ ਕਰਨ ਤੇ ਤੁਸੀਂ ਲੱਗੇ ਹੋਏ ਹੋ ਕਿਉਂ दम ਨਹੀਂ ਹੈਗਾ ਤੁਹਾਡੇ ਚ ਹੂੰ ਇਹ ਪ੍ਰੂਫ ਕਰ ਰਹੇ ਹੋ ਅਵਰ ਉਹਦਾ ਬਤ ਤੁਸੀਂ ਲਿਖਿਆ ਤੈਨੂੰ YouTube ਚਲਾਉਣੀ ਆ ਗਈ ਤਾਂ ਮਤਲਬ ਹੱਥ ਚ ਬੰਦੂਕ ਆ ਗਈ ਹੈ ਪੰਜਾਬ ਦੇ ਵਿੱਚ ਰਹਿਣਾ ਹੈ ਤਾਂ ਬੰਦੂਕ ਬੰਦਾ ਲੈ ਸਕਦਾ ਪਿਸਟਲ ਵੀ ਲੈ ਸਕਦਾ ਉੱਥੇ ਅਲਾਉਡ ਹੈ ਪਰ ਤੁਹਾਡੇ ਹੱਥਾਂ ਚ ਬੰਦੂਕਾਂ ਜਿਨ੍ਹਾਂ ਨੇ ਦੇਤੀਆਂ ਨੇ ਨਾ ਚਲਾਣੀਆਂ ਵੀ ਸਿਖਾਤੀਆਂ ਬੇ ਬੇਕਸੂਰ ਔਰ ਸ਼ਰੀਫ ਬੰਦਿਆਂ ਨੂੰ ਮਾਰਨ ਲਈ ਤਾਂ ਕਿ ਉਹਦੇ ਬਾਅਦ ਚ ਤੁਸੀਂ ਬਹੁਤ ਮਹਾਨ ਹਸਤੀ ਬਣ ਜਾਓ ਕਦੀ ਬੰਦੂਕ ਤੇ ਹੱਥ ਰੱਖ ਕੇ ਆਪਣੇ ਆਪ ਤੇ ਚਲਾ ਕੇ ਦੇਖੀ YouTube ਚਲਾਣ ਚ ਔਰ ਬੰਦੂਕ ਚਲਾਣ ਚ ਕਿੰਨਾ ਫਰਕ ਹੈ ਤੁਹਾਡੇ ਮਾਈਂਡ ਤੇ ਦੁਨੀਆ ਨੇ ਕੰਟਰੋਲ ਕਰਕੇ ਤੁਹਾਨੂੰ ਹਾਈਜੈਕ ਕਰਕੇ ਤੁਹਾਨੂੰ ਹਿਪਨੋਟਾਈਜ਼ ਕਰਕੇ ਜੋ ਸਿੱਖਿਆ ਦਿੱਤੀ ਹੈ ਨਾ ਮੈਨੂੰ ਜੀਣ ਲਈ ਬੰਦੂਕ ਤੇ ਹੱਥ ਰੱਖਣ ਦੀ ਆ ਬੰਦੂਕ ਖਰੀਦਣ ਦੀ ਜ਼ਰੂਰਤ ਨਹੀਂ ਤੈਨੂੰ ਬੰਦੂਕ ਚਲਾਣੀ ਆ ਗਈ ਹੈ ਨਾ ਬਸ ਕਾਫੀ ਹੈ ਇੱਕ ਬੰਦੂਕ ਨਾਲ ਬਹੁਤ ਲੋਕਾਂ ਨੂੰ ਮਾਰ ਸਕਦਾ ਤੂੰ ਠੀਕ ਹੈ ਉਹ ਕੰਮ ਮੈਂ ਨਹੀਂ ਕਰਨਾ ਰਾਈਟ ਅੰਦਰ ਉਹਦੇ ਬਾਅਦ ਵੀ ਤੈਨੂੰ ਹਲੇ ਵੀ ਮਤਲਬ ਕਿ ਹਲੇ ਵੀ ਤੂੰ ਮੈਸੇਜ ਕਰੀ ਜਾ ਰਹੇ ਹੈਂ ਵੈਸੇ ਮੈਂ ਤੈਨੂੰ ਬਲੌਕ ਕਰਦਾ ਰਾਈਟ ਤਾਂ ਇਹ ਜਿਹੜੇ ਬੰਦੇ ਹੈ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਹੋਰ ਇਹਨਾਂ ਨੇ ਸਿਰਫ ਸਿਰਫ ਲਾਂਟਾਂ ਦੇਣੀਆਂ ਐਂਡ ਔਰਤ ਮਿਲ ਗਈ ਅਗੋਂ ਤੋ ਤੁਹਾਡੇ ਪਿਓ ਦਾ ਕੀ ਜਾ ਰਿਹਾ ਜੇ ਮੈਂ ਵੀਡੀਓ ਬਣਾ ਰਹੀ ਆਂ ਦਾ ਮੈਨੂੰ ਤਾਂ ਇਹ ਗੱਲ ਹੀ ਨਹੀਂ ਸਮਝ ਆ ਰਹੀ ਹਲੇ ਤੱਕ ਤਾਂ ਮੈਂ ਕੋਸ਼ਿਸ਼ ਵੀ ਨਹੀਂ ਕਰ ਰਹੀ ਕਿ ਹੋਰ ਬੰਦਿਆਂ ਨੂੰ ਲੈ ਕੇ ਆਪਣੇ ਨਾਲ ਉਹ ਸਭ ਕੁਝ ਬੋਲਾਂ ਜੋ ਤੁਹਾਨੂੰ ਦੁੱਖ ਲੱਗੇ ਜੋ ਤੁਹਾਨੂੰ ਚੁਬੇ ਜਿੱਦੇ ਤੁਹਾਨੂੰ ਪੋਕਿੰਗ ਹੋਵੇ ਮੈਂ ਤਾਂ ਉਹ ਵੀ ਨਹੀਂ ਕਰ ਰਹੀ ਫਿਰ ਕਾਹਦਾ ਡਰ ਆ ਤੁਹਾਨੂੰ ਇੰਨਾ ਤੁਹਾਨੂੰ ਕੀ ਲੋੜ ਪੈ ਰਹੀ ਹੈ ਫੇਕ ਆਈਡੀਆ ਬਣਾ ਕੇ ਮੇਰੀ ਆਈਡੀ ਚ ਆ ਕੇ ਥੱਲੇ ਬਕਵਾਸ ਕਰਨ ਦੀ ਤੁਸੀਂ ਮੈਨੂੰ ਕੁਝ ਨਹੀਂ ਬੋਲ ਸਕਦੇ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਜਿਹੜੀ ਤੁਸੀਂ ਗੱਲਾਂ ਕੀਤੀਆਂ ਨਾ ਦੁਨੀਆ ਨੂੰ ਸੁਣਾਈਆਂ ਨੇ ਔਰ ਦੁਨੀਆ ਨੂੰ ਪਤਾ ਹੈ ਤੁਸੀਂ ਕੌਣ ਹੋ ਜਾਂ ਤਾਂ ਤੁਸੀਂ ਉਹ ਜਾਂ ਫਿਰ ਤੁਸੀਂ ਉਹਨਾਂ ਨੂੰ ਵੀ ਬਦਨਾਮ ਕਰਨ ਵਾਲੇ ਇੱਕ ਹੋਰ ਗਰੁੱਪ ਹੋ ਠੀਕ ਹੈ ਤਾਂ ਘਬਰਾਓ ਨਾ ਲੱਗੇ ਰਹੋ ਹੋਰ ਆਈਡੀਆ ਬਣਾ ਲਓ ਕੀ ਫਰਕ ਪੈਂਦਾ ਹੈ ਹਨਾ ਦੂਜੀ ਇੱਕ ਗੱਲ ਹੋਰ ਜਿਹੜੀ ਤੁਸੀਂ ਪੁੱਛੀ ਸੀਗੀ ਕਿ ਸ਼ਹੀਦ ਹੋਣ ਚ ਔਰ ਸੁਸਾਈਡ ਕਰਨ ਚ ਕੀ ਡਿਫਰੈਂਸ ਹੈ ਹੁਣੇ ਰੀਸੈਂਟਲੀ ਇੱਕ ਜਨੇ ਨੇ ਕੁਐਸਚਨ ਪੁੱਛਿਆ ਸੀਗਾ ਤਾਂ ਉਹਨਾਂ ਨੂੰ ਮੈਂ ਜਵਾਬ ਦੇਣਾ ਚਾਹਨੀ ਆ ਸ਼ਹੀਦ ਹੋ ਹੁੰਦਾ ਹੈ ਜੋ ਕਿਸੇ ਮਕਸਦ ਲਈ ਸ਼ਹੀਦ ਹੁੰਦਾ ਹੈ ਔਰ ਉਹਦਾ ਬਹੁਤ ਵੱਡਾ ਮੋਟੋ ਹੁੰਦਾ ਲਾਈਫ ਚ ਉਹ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੇ ਨੇ ਔਰ ਜਿਨ੍ਹਾਂ ਦੇ ਮਕਸਦ ਹੁੰਦੇ ਨੇ ਉਹ ਸਟੈਪ ਬੈਕ ਨਹੀਂ ਲੈਂਦੇ ਉਹ ਅਪਰੀ ਜਾਨ ਨੂੰ ਹੱਥੇ ਰੱਖ ਕੇ ਅੱਗੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਇੱਕ ਮੰਜ਼ਿਲ ਹੁੰਦੀ ਹੈ ਕਿਤੇ ਪਹੁੰਚਣ ਦੀ ਉਹ ਸ਼ਹੀਦ ਹੁੰਦੇ ਨੇ ਆਪਣੇ ਮਕਸਦ ਲਈ ਔਰ ਜੋ ਲੋਕ ਆਪਣੇ ਮਕਸਦ ਤੇ ਚਲਦੇ ਚਲਦੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਨੇ ਉਹਨੂੰ ਸੁਸਾਇਸਾਈਡ ਕਹਿੰਦੇ ਨੇ ਜਾਂ ਉਹ ਸੁਸਾਇਸਾਈਡ ਹੁੰਦਾ ਹੈ ਜਾਂ ਉਹਨਾਂ ਨੂੰ ਕੋਈ ਕਿਲ ਕਰ ਦਿੰਦਾ ਤਾਂ ਸੁਸਾਇਸਾਈਡ 'ਚ ਔਰ ਸ਼ਹੀਦ 'ਚ ਬਹੁਤ ਵੱਡਾ ਡਿਫਰੈਂਸ ਹੈ ਸ਼ਹੀਦ ਹੋ ਕੇ ਤੁਸੀਂ ਇੱਕ ਜਜ਼ਬਾ ਪੈਦਾ ਕਰ ਦਿੰਦੇ ਹੋ ਇਦਾਂ ਦਾ ਜਿਹਦੇ ਵਿੱਚ ਇਕ ਮਿਸਾਲ ਕਾਇਮ ਹੁੰਦੀ ਹੈ ਲੋਕ ਤੁਹਾਨੂੰ ਫੋਲੋ ਕਰਨ ਲੱਗਦੇ ਨੇ ਪਰ ਜਦ ਤੁਸੀਂ ਸੁਸਾਇਡ ਕਰ ਲੈਂਦੇ ਹੋ ਉਹ ਸੁਸਾਇਡ ਇੱਕ ਬਹੁਤ ਹੀ ਵੱਡਾ ਡਰਾਅ ਬੈਕ ਛੱਡਦਾ ਹੈ ਤੁਹਾਡੀ ਪਰਸਨੈਲਿਟੀ ਤੇ ਜੋ ਕਿ ਬਹੁਤ ਬੈਡ ਇੰਪੈਕਟ ਦਿੰਦਾ ਹੈ ਅਗਰ ਤੁਸੀਂ ਕਿਸੇ ਮਿਸ਼ਨ ਤੇ ਹੋ ਔਰ ਅਗਰ ਕਿਸੇ ਮਕਸਦ ਚ ਤੁਸੀਂ ਹੋ ਤਾਂ ਉੱਥੇ ਤੁਹਾਡਾ ਸੁਸਾਇਡ ਕਰਨਾ ਪਿੱਛੇ ਵਾਲੇ ਜੋ ਤੁਹਾਨੂੰ ਫੋਲੋ ਕਰ ਰਹੇ ਨੇ ਉਹਨਾਂ ਲਈ ਕੋਈ ਬਹੁਤ ਬਾਤਰੀ ਵਾਲੀ ਗੱਲ ਨਹੀਂ ਹੈ ਸੁਸਾਇਡ ਕਰਨਾ ਜਿੱਦਾਂ ਕਿ ਹੁਣੇ ਹੀ ਕਿਸੇ ਨੇ ਕਮੈਂਟ ਕੀਤਾ ਸੀ ਬੰਦੂਕਾਂ ਚਲਾਣੀਆਂ ਜਿਨ੍ਹਾਂ ਨੂੰ ਆਂਦੀਆਂ ਨੇ ਉਹ ਕਿਸੇ ਨੂੰ ਵੀ ਮਾਰ ਸਕਦੇ ਨੇ ਕਿਸੇ ਨੂੰ ਵੀ ਮਾਰਨ ਨਾਲ ਕੋਈ ਸ਼ਹੀਦ ਨਹੀਂ ਹੁੰਦਾ ਕਿ ਲੋਨ ਸਪਾਟ ਹੁੰਦਾ ਜਾਂ ਤੁਸੀਂ ਹਜ਼ਾਰਾਂ ਬੰਦੇ ਮਾਰ ਕੇ ਤੁਸੀਂ ਅਗਰ ਮਰ ਜਾਂਦੇ ਹੋ ਕਿਸੇ ਦੀ ਗੋਲੀ ਨਾਲ ਤਾਂ ਉਹ ਸ਼ਹੀਦੀ ਨਹੀਂ ਹੁੰਦੀ ਕਿਉਂਕਿ ਹਰ ਇੱਕ ਚੀਜ਼ਾ ਇੱਕ ਮਕਸਦ ਹੁੰਦਾ ਇੱਕ ਮਕਸਦ ਹੁੰਦਾ ਬੰਦੇ ਨੂੰ ਡਰਾਉਣ ਦਾ ਔਰ ਇੱਕ ਮਕਸਦ ਹੁੰਦਾ ਖੁਦ ਡਰੇ ਹੋਏ ਹੋਣ ਦਾ ਕੀ ਤੁਸੀਂ ਤੁਹਾਡੀ ਉਹ ਇਦਾਂ ਦੀ ਕਿਹੜੀ ਮਜਬੂਰੀ ਹੈ ਜਿੱਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਵਾਪਸ ਲੈ ਲੈਂਦੇ ਹੋ ਔਰ ਖਾਸ ਕਰ ਉਹ ਇਨਸਾਨ ਜੋ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਨਾਮ ਜਪਦੇ ਨੇ ਜੋ ਬਹੁਤ ਨਜ਼ਦੀਕ ਹੁੰਦੇ ਨੇ ਬਾਣੀ ਦੇ ਜੋ ਕਿ ਹਰ ਟਾਈਮ ਉਸੇ ਹੀ ਫੀਲਿੰਗ ਚ ਹੁੰਦੇ ਨੇ ਅਗਰ ਇਦਾਂ ਦਾ ਕੋਈ ਬੰਦਾ ਸੁਸਾਈਡ ਕਰਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਇਦਾਂ ਸੁਸਾਈਡ ਕਰ ਸਕਦਾ ਮੈਨੂੰ ਤਾਂ ਉਹ ਜ਼ਰੂਰ ਮਰਡਰ ਲੱਗਦਾ ਹੈ ਕਿਉਂਕਿ ਜੋ ਬੰਦਾ ਰੱਬ ਦੇ ਬਹੁਤ ਨਜ਼ਦੀਕ ਹੁੰਦਾ ਹੈ ਉਦੇ ਲਈ ਤਾਂ ਜ਼ਿੰਦਗੀ ਔਰ ਮੌਤ ਦੁੱਖ ਔਰ ਸੁਖ ਸਾਰਾ ਕੁਝ ਇਕੁਅਲ ਹੁੰਦਾ ਉਹਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਅਸੀਂ ਕਿਸੇ ਮਿਸ਼ਨ ਤੇ ਅੜੇ ਹੁੰਨੇ ਆ ਤਾਂ ਅਗਰ ਉੱਥੇ ਅਸੀਂ ਆਪਣੀਆਂ ਜ਼ਿੰਦਗੀਆਂ ਆਪ ਹੀ ਲੈਣ ਲੱਗ ਜਾਗੇ ਤਾਂ ਉਹ ਮਕਸਦ ਪੂਰਾ ਕਿਦਾਂ ਹੋਏਗਾ ਅਗਰ ਇਸ ਇਸ ਮਕਸਦ ਦਾ ਮਤਲਬ ਸਿਰਫ ਇਨਾ ਹੈ ਕਿ ਅਸੀਂ ਬਲੇਮ ਕਰਨਾ ਕਿਸੇ ਨੂੰ ਆਪਣੇ ਆਪ ਨੂੰ ਗੋਲੀ ਮਾਰ ਕੇ ਤਾਂ ਕਿਸੇ ਨੂੰ ਉਸ ਚੀਜ਼ ਨਾਲ ਫਰਕ ਨਹੀਂ ਪਏਗਾ ਖਾਸ ਕਰ ਸਰਕਾਰਾਂ ਨੂੰ ਉਹ ਸਰਕਾਰਾਂ ਨੂੰ ਤਾਂ ਆਦਤ ਹੀ ਹੁੰਦੀ ਹੈ ਇਦਾਂ ਦੇ ਬਹੁਤ ਸਾਰੇ ਕੰਮ ਕਰਨ ਦੀ ਉਹ ਤਾਂ ਹਜ਼ਾਰਾਂ ਲੋਕਾਂ ਨੂੰ ਮਰਦੇ ਹੋਏ ਦੇਖਦੇ ਆ ਤਾਂ ਪੋਲਿਟਿਸ਼ੀਅਨਸ ਔਰ ਸਰਕਾਰਾਂ ਔਰ ਆਰਮਡ ਫੋਰਸੇਸ ਵਾਲੇ ਬੰਦੇ ਉਹਨਾਂ ਨੂੰ ਮਰਨ ਮਰਾਨ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਉਸ ਚੀਜ਼ ਨੂੰ ਲਿਖ ਕੇ ਪਰਤੇ ਹੁੰਦੇ ਨੇ ਤਾਂ ਕੋਈ ਰਿਲੀਜੀਅਸ ਬੰਦਾ ਅਗਰ ਆਪਣੇ ਆਪ ਨੂੰ ਕਿਲ ਕਰ ਲੈਂਦਾ ਹੈ ਸੁਸਾਇਸਾਈਡ ਹੈ ਉਹ ਮਾਨੂੰ ਸ਼ਹੀਦੀ ਨਹੀਂ ਸਮਝਦੀ ਬਾਕੀ ਆਪਣੇ ਆਪਣੇ ਖਿਆਲਤ ਹੁੰਦੇ ਆ ਤਾਂ थैंक यू सो वेरी मच फॉर वाचिंग जितਕੋ TV YouTube ਐਂਡ ਜਦੋਂ ਵੀ ਕੋਈ ਫੇਕ ਆਈਡੀ ਆ ਕੇ ਇਦਾਂ ਦਾ ਬਕਵਾਸ ਕਰੇਗੀ ਤਾਂ ٹرسٹ ਮੀ ਮੈਨੂੰ ਬਹੁਤ ਹਸੀ ਆਂਦੀ ਹੈ ਬਹੁਤ ਹਸੀ ਆਂਦੀ ਹੈ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਮੈਂ ਪੰਜਾਬੀ ਵਿੱਚ ਵੀਡੀਓ ਬਣਾਈ ਸੀ ਇੱਕ ਮਕਸਦ ਇੱਕ ਕਮਿਸ਼ਨ ਲੈ ਕੇ ਕਿ ਆਪਣੇ ਉਹ ਪੰਜਾਬੀ ਲੋਕ ਉਹਨਾਂ ਨੂੰ ਐਜੂਕੇਟ ਕਰਨਾ ਇਮੀਗ੍ਰੇਸ਼ਨ ਅਵੇਅਰਨੈਸ ਦੇਣੀ ਹੈ ਜਿਨ੍ਹਾਂ ਨੂੰ ਏਜੰਟ ਲੁੱਟਦੇ ਨੇ ਝੂਠ ਬੋਲ ਕੇ ਤਾਂ ਮੈਂ ਸੋਚੇ ਸੀ ਮੈਂ 1 ਲੱਖ ਲੋਕਾਂ ਨੂੰ ਜਾਂ 1.5 ਲੱਖ ਲੋਕਾਂ ਨੂੰ アドバイス ਕਰਾਂਗੀ ਜੋ ਮੇਰੀ ਨੋਲੇਜ ਹੈ ਕਿਉਂਕਿ ਸਵਾ ਲੱਖ ਸੇ ਇੱਕ ਲੜਾਉ ਤੋ ਮੈਂ ਗੋਬਿੰਦ ਸਿੰਘ ਕਹਾਉ ਇਹ ਚੀਜ਼ ਸੁਣ ਸੁਣ ਕੇ ਵੱਡੇ ਹੋਇਆ ਦਿਮਾਗ ਚ ਸੀ ਫਿਕਸਿੰਗ ਹੁਣ ਉਹ ਚੀਜ਼ ਮੈਂ ਕ੍ਰੋਸ ਕਰ ਚੁੱਕੀ ਹਾਂ ਮੈਨੂੰ ਫਰਕ ਨਹੀਂ ਪੈਂਦਾ ਬਟ ਮੇਰਾ ਇਹ ਟਾਈਮ ਪਾਸ ਹੈ ਮੇਰਾ ਉਹ ਟਾਈਮ ਹੈ ਜਿੱਦਿਚ ਮੈਂ ਫ੍ਰੀ ਹੁੰਨੀ ਆ ਔਰ ਮੇਰਾ ਉਹ ਟਾਈਮ ਹੈ ਜੋ ਮੈਂ ਸਪੈਂਡ ਕਰਨਾ ਚਾਹਨੀ ਆ ਆਪਣੇ ਲੋਕਾਂ ਤੋਂ ਇਲਾਵਾ ਦੂਸਰਿਆਂ ਨਾਲ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਕੁਝ ਵੀਡੀਓਜ਼ ਮੈਂ ਇਦਾਂ ਦੇ ਬਣਾਏ ਬਹੁਤ ਹੀ ਇੰਟੈਲੈਕਚੁਅਲ ਇੰਟੈਲੀਜੈਂਟ ਲੋਕ ਨਾਲ ਮੈਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਮੈਂ ਖੁਸ਼ ਨਸੀਬ ਹਾਂ ਉਸ ਲਈ ਐਂਡ ਮੈਨੂੰ ਇੱਕ ਚੀਜ਼ ਹੋਰ ਬਹੁਤ ਹੀ ਸਟਰੋਂਗਲੀ ਪਤਾ ਚੱਲੀ ਕਿ ਮੈਨੂੰ ਇੱਕ ਨਾ ਬਹੁਤ ਵੱਡਾ ਵੈਮ ਸੀਗਾ ਮੇਰੀ ਜ਼ਿੰਦਗੀ ਚ ਕਿ ਸਰਦਾਰ ਇਦਾਂ ਦੇ ਕੰਮ ਨਹੀਂ ਕਰ ਸਕਦੇ ਸਿੱਖ ਇਦਾਂ ਨਹੀਂ ਹੋ ਸਕਦਾ ਸਰਦਾਰ ਇਹ ਕਰ ਹੀ ਨਹੀਂ ਸਕਦਾ ਬੈਟ ਲਗਾਉਂਦੇ ਹੁੰਦੇ ਸੀ ਮੈਂ ਓਵਰ ਕੌਨਫੀਡੈਂਸ ਸੀਗਾ ਮੈਨੂੰ ਸਰਦਾਰਾਂ ਤੇ ਪਰ ਉਹ ਕੌਨਫੀਡੈਂਸ ਟੁੱਟ ਵੀ ਗਿਆ ਦੋ ਫਿਕਰੀਆਂ ਬਣਾ ਕੇ ਸਰਦਾਰ ਹੀ ਕਿਸੇ ਦਾ ਵੀ ਨਾਮ ਲਿਖ ਕੇ ਬਗਾਨੀਆਂ ਜਨਾਨੀਆਂ ਨੂੰ ਗਲਾਂ ਘੜਦੇ ਆ ਤਾਂ ਉਹ ਆਪਣੀਆਂ ਨਾਲ ਜਾਂ ਉਹਨਾਂ ਦੇ ਆਸ-ਪਾਸ ਜੋ ਹੋਣਗੀਆਂ ਉਹਨਾਂ ਦਾ ਕੀ ਕਰਦੇ ਹੋਣਗੇ ਤਾਂ ਉਹ ਚੀਜ਼ ਹਟ ਵੀ ਹੋਈ ਬਟ ਕੋਈ ਗੱਲ ਨਹੀਂ ਕਿ ਰਿਐਲਿਟੀ ਹੈ ਕਿ ਹੁਣ ਮੈਂ ਇਹ ਨਹੀਂ ਸੋਚਦੀ ਕਿ ਸਰਦਾਰ ਐਦਾਂ ਨਹੀਂ ਕਰ ਸਕਦੇ ਹੁਣ ਮੈਂ ਸੋਚਦੀ ਆ ਕਿ ਬਾਕੀ ਲੋਕ ਜਿੱਦਾਂ ਕਰ ਸਕਦੇ ਆ ਉਦਾਂ ਇਹ ਵੀ ਕਰ ਸਕਦੇ ਆ ਦੇ ਆਰ ਦਾ ਨਾਰਮਲ ਹਿਊਮਨ ਬੀਇੰਗਸ ਜੋ ਗਲਤੀ ਕਰ ਸਕਦੇ ਹੈ ਪਹਿਲਾਂ ਮੈਂ ਸਪੈਸ਼ਲ ਸੁਪਰ ਮੈਨ ਸਮਝਦੀ ਸੀ ਸਰਦਾਰਾਂ ਨੂੰ ਹੁਣ ਮੇਰੀ ਉਹ ਇਮੇਜ ਜਿਹੜੀ ਹੈ ਥੋੜੀ ਚੇਂਜ ਹੋ ਗਈ ਹੈ ਬਟ ਉਹਨਾਂ ਲਈ ਹੋਈ ਹੈ ਜੋ ਇਦਾਂ ਦੇ ਕੰਮ ਕਰਦੇ ਆ ਵੈਸੇ ਵੀ ਮੇਰਾ ਵਾਹ ਬੜੇ ਇਦਾਂ ਦੇ ਲੋਕਾਂ ਨਾਲ ਪਿਆ ਜਿਨ੍ਹਾਂ ਨੂੰ ਇਦਾਂ ਦੀਆਂ ਹਰਕਤਾਂ ਜ਼ਿਆਦਾ ਆਉਂਦੀਆਂ ਕਰਨੀਆਂ ਯੂ ਆਰ ਆਲਸੋ ਵੈਲਕਮ ਆਲ ਕੀਪ ਔਨ ਬਲੋਕਿੰਗ ਯੂ ਯੂ ਕੀਪ ਔਨ ਰਾਈਟਿੰਗ ਐਂਡ ਸਕਰੀਮ ਆਊਟ Right, thank you so very much for watching my channel.